ਇਹਦੇ ਵਿੱਚ ਅਸੀਂ ਇੱਕ ਯੂਥ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ। 14 ਸਾਲ ਤੋਂ ਲੈ ਕੇ ਜੇ 21-22 ਸਾਲ ਤੱਕ ਹੈ ਜਿਹੜੀ ਬਿਲਕੁਲ ਪੀੜ੍ਹੀ ਇਹੋ ਜਿਹੀ ਜਿਹਨਾਂ ਕੋਲ ਸੋਚ ਹੈ ਨਹੀਂ, ਹੈ ਨਾ, ਉਹਨਾਂ ਨੇ ਇੱਕ ਇਹ ਮੈਸੇਜ ਦਿੱਤਾ ਵੀ ਆਪਾਂ ਵਧੀਆ ਹੈਲਥ ਦੇ ਨਾਲ ਵਧੀਆ ਆਪਾਂ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਨੌਜਵਾਨੀ ਜਿਵੇਂ ਘਾਣ ਹੋ ਰਿਹਾ ਉਹਨੂੰ ਬਚਾਉਣ ਲਈ ਇਹ ਮੈਸੇਜ ਦੇ ਰਹੇ ਹਾਂ। ਇੱਥੇ ਪਿੰਕਾ ਜਰਗੀ ਨੂੰ ਅਸੀਂ ਬੁਲਾਇਆ, ਇਹਦੇ ਵਿੱਚ ਸਾਡੇ ਨਾਲ ਸਤਵੀਰ ਸਿੰਘ ਬਰਾੜ ਬੜਾ ਸਹਿਯੋਗ ਦਿੱਤਾ ਉਹਨਾਂ ਨੇ, ਅਤੇ ਉਹਨਾਂ ਦੇ ਕਾਰਨ 'ਤੇ ਅਸੀਂ ਪਿੰਡ ਹਰੀ ਕੇ ਕਲਾਂ ਵਿੱਚ ਇਹ ਨੌਨ ਪੋਲੀਟੀਕਲ ਪ੍ਰੋਗਰਾਮ ਸੀ ਅਤੇ ਅਸੀਂ ਇਹ ਕੀਤਾ ਜੀ। ਲੋਕਾਂ ਦੇ ਵਿੱਚ ਬਹੁਤ ਵੱਡਾ ਬਹੁਤ ਵਧੀਆ ਉਤਸ਼ਾਹ ਸੀ। ਇਹਦੇ ਵਿੱਚ ਅੰਡਰ 17 ਅਤੇ ਅੰਡਰ 21 ਸੀ, 100 ਮੀਟਰ ਸੀ ਸਾਡੇ ਕੋਲ, ਅਤੇ ਲੌਂਗ ਜੰਪ ਸੀ, ਅਤੇ ਟੱਗ ਆਫ ਵਾਰ ਜਿਹੜੀ ਆ ਅੰਡਰ 21 ਸੀ। ਹਾਂਜੀ, ਅਸੀਂ ਇਹ ਸਮੁੱਚੇ ਜਿਹੜੇ ਗਿੱਦੜਵਾ ਹਲਕੇ ਦੇ ਵਿੱਚ ਗਾਹ ਨੈਕਸਟ ਸਾਡੇ ਵੀ ਪਲੈਨ ਹੈਗੇ ਆ, ਪੈਂਕਾ ਜਦੋਂ ਟਾਈਮ ਲਵਾਂਗੇ ਉਵੇਂ ਪਿੰਡਾਂ ਦੇ ਵਿੱਚ ਅਸੀਂ ਅੱਗੇ ਚੱਲਾਂਗੇ ਸਾਰੇ। ਕੀ ਕਹਿਣਾ ਚਾਹੋਗੇ ਜਿਹੜਾ ਯੂਥ ਹੈ, ਕਹਿੰਦੇ ਵੀ ਹੁਣ ਪੰਜਾਬ ਨੂੰ ਕੁਝ ਜ਼ਿਆਦਾ ਹੀ ਬਦਨਾਮ ਕੀਤਾ ਗਿਆ ਨਸ਼ਿਆਂ ਦੇ ਵਿੱਚ, ਅਤੇ ਸੁਣਦੇ ਆ ਰਹੇ ਹਾਂ ਕਿ ਪੰਜਾਬ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਕਿਸੇ ਨਾ ਪਿੰਡ ਸ਼ਹਿਰ ਤੋਂ ਨੌਜਵਾਨੀ ਦੀ ਮੌਤ ਅਤੇ ਨਸ਼ੇ ਦੇ ਓਵਰਡੋਜ਼ ਕਰਕੇ ਹੁੰਦੀ ਹੈ, ਕੀ ਕਹਿਣਾ ਇਹਦੇ ਬਾਰੇ ਜੀ? ਵੇਖੋ ਜੀ, ਜੋ ਅੰਕੜੇ ਨੇ ਉਹੀ ਸਹੀ ਤਾਂ ਦਰਸਾ ਰਹੇ ਨੇ, ਹੈ ਨਾ, ਪਰ ਜਿਹੜੇ ਨਿਊਜ਼ ਦੇ ਵਿੱਚ ਤਾਂ ਤਕਰੀਬਨ ਹੀ ਇਹ ਆ ਰਿਹਾ, ਹੈ ਨਾ। ਸਰਕਾਰਾਂ ਇੱਥੇ ਸਾਰੀਆਂ ਰਹਿ ਗਈਆਂ ਨੇ, ਤੀਜੀ ਸਰਕਾਰ ਵੀ ਰਹਿ ਗਈ ਆ, ਪਰ ਨਸ਼ੇ 'ਤੇ ਮੈਨੂੰ ਲੱਗ ਨਹੀਂ ਰਿਹਾ ਜਿੰਨਾ ਕੰਟਰੋਲ ਹੋਣਾ ਚਾਹੀਦਾ ਸੀ ਉਨਾ ਹੋਇਆ।
ਤੇ ਇਹਦੇ ਵਿੱਚ ਮੌਤਾਂ ਦਾ ਤਕਰੀਬਨ ਹੀ ਵਾਧਾ ਵਧਿਆ ਹੋਇਆ ਇਹਨਾਂ ਵਿੱਚ। ਨੌਜਵਾਨਾਂ ਨੂੰ ਕੀ ਸੁਨੇਹਾ ਦੇਵੋਗੇ ਜਿਹੜੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਤੇ ਆਪਣੇ ਆਪ ਨੂੰ ਬਾਹਰ ਕੱਢਣਾ ਚਾਹੁੰਦੇ? ਨੌਜਵਾਨਾਂ ਨੂੰ ਇਹੀ ਸੰਦੇਸ਼ਾ ਵੀ ਤੁਸੀਂ ਗਰਾਊਂਡ ਨਾਲ ਜੁੜੋਗੇ, ਪਿੰਡਾਂ ਦੇ ਵਿੱਚ ਜੇ ਗਰਾਊਂਡ ਵਧੀਆ ਹੋਣਗੇ ਉਹ ਇੱਥੇ ਆਇਆ ਕਰਨਗੇ, ਡੇਲੀ ਪ੍ਰੈਕਟਿਸ ਕਰਿਆ ਕਰਨਗੇ, ਉਹ ਇਸ ਚੀਜ਼ ਤੋਂ ਛੁਟਕਾਰਾ ਪਾ ਸਕਦੇ ਆ। ਸਾਡੀ ਸਰਕਾਰ ਨੂੰ ਚਾਹੀਦਾ ਪਿੰਡਾਂ ਦੇ ਵਿੱਚ ਵਧੀਆ ਟਰੈਕ ਬਣ, ਉੱਥੇ ਕੋਚ ਉਪਲਬਧ ਹੋਣ, ਜਿਹਦੇ ਨਾਲ ਬੱਚੇ ਦਾ ਧਿਆਨ ਆ, ਜਿੰਨੀ ਉਹਦੀ ਐਨਰਜੀ ਆ ਆਪਣੀ ਗਰਾਊਂਡ ਦੇ ਵਿੱਚ ਵੇਸਟ ਹੋਊਗੀ, ਕਿਸੇ ਹੋਰ ਪਾਸੇ ਧਿਆਨ ਨਹੀਂ ਜਾਊਗਾ, ਅਤੇ ਇਹਦੇ ਨਾਲ ਜਿਹੜਾ ਯੂਥ ਨੂੰ ਇੱਕ ਚੰਗਾ ਸੁਨੇਹਾ ਵੀ ਮਿਲੂ ਅਤੇ ਯੂਥ ਸਾਡਾ ਕਾਮਯਾਬ ਵੀ ਹੋਊਗਾ ਇਹਦੇ ਵਿੱਚ। ਜਿਵੇਂ ਕਿ ਹੁਣ ਵਤਨ ਪੰਜਾਬ ਦੀਆਂ ਖੇਡਾਂ, ਪੰਜਾਬ ਗੌਰਮੈਂਟ ਦਾ ਬਹੁਤ ਵਧੀਆ ਪ੍ਰੋਗਰਾਮ ਸੀ ਅਤੇ ਸਾਨੂੰ ਵੀ ਉਮੀਦ ਆ ਵੀ ਅਸੀਂ ਇੱਕ ਈਵੈਂਟ ਇੱਥੇ ਕਰਾਵਾਂਗੇ ਖੇਡਾਂ ਵਤਨ ਪੰਜਾਬ ਦੀਆਂ। ਹਾਂਜੀ, ਇਹਦਾ ਮੇਨ ਮਕਸਦ ਇਹ ਆ ਵੀ ਯੂਥ ਆ ਜਿਹੜਾ ਇਹਨਾਂ ਨੂੰ ਆਪਾਂ ਗਰਾਊਂਡਾਂ ਵੱਲ ਲੈ ਕੇ ਆਈਏ ਤਾਂ ਕਿ ਇਹਨਾਂ 'ਚ ਜਿਹੜੀ ਇੰਨੀ ਐਨਰਜੀ ਆ, ਤਾਕਤ ਆ, ਉਹ ਚੰਗੇ ਪਾਸੇ ਲੱਗ ਸਕੇ। ਜਿਹੜੀ ਤਾਕਤ ਆ ਜੇ ਚੰਗੇ ਪਾਸੇ ਨਹੀਂ ਲੱਗੂਗੀ ਤਾਂ ਇਹ ਗਲਤ ਪਾਸੇ ਨੂੰ ਲੱਗ ਜਾਂਦੇ, ਜਿਵੇਂ ਤੁਸੀਂ ਸੁਣਿਆ ਹੋਣਾ ਵੀ ਵਿਹਲਾ ਮਨ ਸ਼ੈਤਾਨ ਦਾ ਘਰ। ਆਪਣਾ ਇਹੀ ਪਰਮਾਤਮਾ ਅੱਗੇ ਅਰਦਾਸ ਵੀ ਇਹੀ ਆ ਅਤੇ ਗਰਾਊਂਡ ਲੈਵਲ 'ਤੇ ਆ ਕੇ ਕੰਮ ਵੀ ਆਪਾਂ ਤਾਂ ਹੀ ਕਰ ਰਹੇ ਹਾਂ ਕਿ ਇਹਨਾਂ ਦਾ ਜਿਹੜਾ ਜੋਸ਼ ਆ ਅਤੇ ਜ਼ੋਰ ਐਨਰਜੀ ਇਹਨਾਂ ਦੀ ਗਰਾਊਂਡ 'ਚ ਆ ਕੇ ਨਿਕਲੇ, ਇਹ ਥੱਕਣ, ਘਰ ਜਾ ਕੇ ਇਹਨਾਂ ਨੂੰ ਭੁੱਖ ਲੱਗੇ ਅਤੇ ਵਧੀਆ ਡਾਇਟ ਖਾਣ, ਐਕਸਰਸਾਈਜ਼ ਕਰਨਗੇ, ਵਧੀਆ ਡਾਇਟ ਖਾਣਗੇ, ਸਰੀਰ ਤਕੜੇ ਹੋਣਗੇ, ਦਿਮਾਗ ਤਕੜਾ ਹੋਊਗਾ ਅਤੇ ਨਾਲ ਇਹ ਵੀ ਸਮਝਾਉਂਦੇ ਕਿ ਵਧੀਆ ਪੜ੍ਹਾਈ ਕਰੋ ਜਿਹਦੇ ਨਾਲ ਤੁਹਾਨੂੰ ਸਾਰੀ ਦੁਨੀਆ ਦੀ ਨੌਲੇਜ ਆਵੇ। ਅੱਜ ਤੁਸੀਂ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਸਪੋਰਟਸ ਸਾਹਿਬ ਪਹੁੰਚੋ, ਕਿਸ ਤਰ੍ਹਾਂ ਦਾ ਮਾਹੌਲ ਮਾਹੌਲ? ਬਹੁਤ ਵਧੀਆ ਜੀ, ਬਹੁਤ ਉਤਸ਼ਾਹ ਸਾਰੇ ਮੁੰਡਿਆਂ 'ਚ, ਬੱਚੀਆਂ ਵੀ ਨੇ, ਕੁੜੀਆਂ ਵੀ ਆਈਆਂ ਨੇ, ਮੁੰਡੇ ਵੀ ਨੇ, ਬਜ਼ੁਰਗ ਵੀ, ਸਾਰਿਆਂ ਤੁਸੀਂ ਦੇਖਿਆ ਹੀ ਆ, ਸਾਰਿਆਂ ਨੇ ਬਹੁਤ ਵੱਧ ਚੜ੍ਹ ਕੇ ਸਾਰੀਆਂ ਖੇਡਾਂ ਦੇ ਵਿੱਚ ਹਿੱਸਾ ਲਿਆ। ਬਾਕੀ ਮੈਨੂੰ ਬਹੁਤ ਖੁਸ਼ੀ ਹੋਈ ਇਹਨਾਂ ਦਾ ਜੋਸ਼ ਦੇਖ ਕੇ। ਮੈਂ ਉਮੀਦ ਕਰਦਾ ਕਿ ਜਿਹੜੀ ਇਹਨਾਂ ਨਾਲ ਮੈਂ ਗੱਲਾਂ ਕਰੀਆਂ ਨੇ ਇਹ ਮੇਰੀਆਂ ਗੱਲਾਂ ਮੇਰੀ ਸਮਝ ਨੂੰ ਘਰੇ ਨਾਲ ਲੈ ਕੇ ਜਾਣਗੇ ਅਤੇ ਕੱਲ੍ਹ ਦੀ ਜਦੋਂ ਨਵੀਂ ਸਵੇਰ ਚੜ੍ਹੂਗੀ ਇਹ ਉਹ ਚੀਜ਼ਾਂ ਨੂੰ ਆਪਣੇ ਦਿਮਾਗ ਦੇ ਵਿੱਚ ਲੈ ਕੇ ਮੇਰੀ ਸੋਚ 'ਤੇ ਜ਼ਰੂਰ ਚੱਲਣਗੇ।